ਨਸੀਬ ਚ ਨਹੀਂ ਹਜਾ ਕਰ ਰਹੇ ਤੂੰ ਚੋਰੀ ਕਰਨਾ ਹਜਾ ਕਰਕੇ ਇੱਥੇ ਘਨਾਉਂਦੇ ਆ ਇੱਥੋਂ ਦਰਖਤ ਚੋਰੀ ਹੋ ਰਹੇ ਨੇ ਤੇ ਤੁਸੀਂ ਕਰ ਰਹੇ ਹੋ ਉਹ ਸਰ ਮੈਂ ਚੋਰੀ ਵਾਲਾ ਨਹੀਂ ਹੈਗਾ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਹੈਗਾ ਚੁੱਕ ਕੇ ਲੈ ਕੇ ਜਾਂਦਾ ਚੋਰੀ ਵਾਲਾ ਆ ਮੈਂ ਦਰਖਤ ਚੁੱਕ ਕੇ ਲਿਜਾ ਸਕਦਾ ਹੈ ਇਹ ਲਿਜਾ ਸਕਦਾ ਮੈਂ ਦਰਖਤ ਵੇਖ ਤੇ ਤੂੰ ਇੰਜ ਨਹੀਂ ਆ ਸਕਦਾ ਤੇਰੀ ਔਲਾਦ ਆ ਸੱਟ ਲੱਗੀ ਇਹਨੂੰ ਯਾਰ ਸੱਟ ਲੱਗੀ ਤੂੰ ਇਹਦੇ ਪੱਟੀ ਮੱਧੇ ਦੇਖ ਲਈਏ ਮੈਂ ਹਾਲਾਤ ਪੁਤਲਾ ਕਿਸੇ ਦਾ ਯਾਰ ਮੈਂ ਜੋ ਵੀ ਟੰਗਿਆ ਨਾ ਤੁਸੀਂ ਇਸ ਗੱਲ ਨੂੰ ਡਿਸਕਸ ਤੁਸੀਂ ਤੁਸੀਂ ਹੈ ਕੌਣ ਹੋ ਤਮੀਜ਼ ਕੀ ਹੈ ਬੋਲਣ ਦੀ ਤਮੀਜ਼ ਨੀ ਬਾਹਰ ਆ ਨਾ ਤੈਨੂੰ ਪਤਾ ਯਾਰ ਮੈਂ ਕਿਉਂ ਆਵਾਂ ਤੂੰ ਮਤਲਬ ਤੂੰ ਕੌਣ ਮੈਨੂੰ ਇੱਥੇ ਬੁਲਾਉਣ ਵਾਲਾ ਤੈਨੂੰ ਪਤਾ ਏਰੀਆ ਕਿਹੜਾ ਹੈ ਕਿਹੜਾ ਏਰੀਆ ਜੰਗਲਾਤ ਦਾ ਏਰੀਆ ਤੂੰ ਕੀ ਲੈਣਾ ਯਾਰ ਯਾਰ ਇੱਥੇ ਕੰਡਾ ਵਾਇਰ ਲੱਗੀ ਹੈ ਜਦੋਂ ਖੁੱਲਾ ਇਲਾਕਾ ਜਿਹੜਾ ਮਰਜ਼ੀ ਆ ਸਕਦਾ ਉਹ ਖੁੱਲਾ ਇਲਾਕਾ ਕਿਹੜਾ ਇੱਥੇ ਹੋਏ ਕਿਹੜਾ ਖੁੱਲਾ ਇਲਾਕਾ ਯਾਰ ਮੇਰੇ ਨਾਲ ਧਿਆਨ ਨਾਲ ਗੱਲ ਕਰੋ ਮੈਂ ਤੁਹਾਡੇ ਨਾਲ ਗਲਤ ਗੱਲ ਨਹੀਂ ਕਰ ਰਿਹਾ ਮੈਂ ਆਪਣੀ ਇੰਜੋਏ ਕਰ ਰਿਹਾ ਬੰਦੇ ਨੂੰ ਰਿਲੈਕਸੇਸ਼ਨ ਕਰ ਰਿਹਾ ਉਹ ਇੱਧਰ ਆ ਨਾ ਤੂੰ ਕੀ ਕਰ ਰਿਹਾ ਤੂੰ ਉਹ ਇੱਧਰ ਆ ਯਾਰ ਬੁਲਾਉਣ ਦੀ ਤਮੀਜ਼ ਹੁੰਦੀ ਯਾਰ ਅੱਛਾ ਇੱਧਰ ਆ ਬਾਹਰ ਹਾਂਜੀ ਭਾਜੀ ਕੀ ਕਰ ਰਿਹਾ ਤੂੰ ਮੈਂ ਜਨਾਬ ਇਹ ਦੇਖ ਰਿਹਾ ਦਰਖਤ ਜਿਹੜੇ ਆ ਨਾ ਬੜੇ ਪਿਆਰੇ ਕਿੰਨੂ ਦਾ ਬੂਟਾ ਹੈ ਕਹਦਾ ਜੀ ਇਹ ਕਿੰਨੂਆਂ ਦਾ ਬੂਟਾ ਹੈ ਇਹ ਕਿੰਨੂ ਦੱਸਿਆ ਤੂੰ ਇਹ ਕਿੰਨੂਆਂ ਦਾ ਬੂਟਾ ਹੈ ਮੈਂ ਸਾਰਿਆਂ ਨੂੰ ਦੱਸਿਆ ਜਿਹੜਾ ਤੁਹਾਡੇ ਨਸੀਬ 'ਚ ਨਹੀਂ ਉਹ ਕੋ ਹਜਾ ਕਰ ਰਿਹਾ ਤੂੰ ਐਸ ਚੋਰੀ ਕਰਨਾ ਹਜਾ ਕਰਕੇ ਇੱਥੇ ਘਨਾਉਂਦੇ ਆ ਇੱਥੋਂ ਦਰਖਤ ਚੋਰੀ ਹੋ ਰਹੇ ਨੇ ਤੇ ਤੁਸੀਂ ਕਰ ਰਹੇ ਹੋ ਉਹ ਸਰ ਮੈਂ ਚੋਰੀ ਵਾਲਾ ਨਹੀਂ ਹੈਗਾ ਤੁਹਾਨੂੰ ਇਸ ਗੱਲ ਦਾ ਨਹੀਂ ਪਤਾ ਹੈਗਾ ਚੁੱਕ ਕੇ ਲੈ ਕੇ ਜਾਂਦਾ ਚੋਰੀ ਵਾਲਾ ਨਹੀਂ ਆ ਮੈਂ ਦਰਖਤ ਚੁੱਕ ਕੇ ਲਿਜਾ ਸਕਦਾ ਹੈ ਇਹ ਲਿਜਾ ਸਕਦਾ ਮੈਂ ਦਰਖਤ ਵੇਖ ਤੇ ਤੂੰ ਇੰਜ ਨਹੀਂ ਆ ਸਕਦਾ ਜਿਵੇਂ ਤੂੰ ਕੀ ਤੇਰੀ ਔਲਾਦ ਆ ਸੱਟ ਲੱਗੀ ਇਹਨੂੰ ਯਾਰ ਸੱਟ ਲੱਗੀ ਤੂੰ ਇਹਦੇ ਪੱਟੀ ਮੱਧੇ ਦੇਖ ਲਈਏ ਤੂੰ ਹਿਸਾਬ ਲਾ ਰਹੇ ਸੀ ਕਿ ਮੈਂ ਲੈ ਕੇ ਜਾ ਸਕਦਾ ਕਿ ਨਹੀਂ ਇਹੀ ਹੈ ਨਾ ਉਹ ਸਾਰੇ ਗੱਲ ਨਹੀਂ ਹੈਗੀ ਸਰ ਐਵੇਂ ਤੁਸੀਂ ਖਾਓ ਮੇਰਾ ਦਿਮਾਗ ਨਾ ਖਾਓ ਯਾਰ ਅੱਗੋਂ ਹਟੋ ਯਾਰ ਤੁਸੀਂ ਦਿਮਾਗ ਤੇ ਮਸਾਲਾ ਪਾਇਆ ਤੇਰਾ ਦਿਮਾਗ ਨਾ ਖਾਵਾਂ ਮੈਂ ਮਸਾਲਾ ਪਾਇਆ ਤੂੰ ਐਡਾ ਸ਼ੈਫ ਸੁੱਕੇ ਦਰਖਤ ਨੀ ਇੱਥੇ ਬੋਰ ਲੱਗਣਾ ਵਾ ਇਹ ਫਰਵਰੀ ਦਾ ਮਹੀਨਾ ਵਾ ਮੌਸਮ ਬਹਾਰ ਹੈਗਾ ਕੀ ਹੈ ਉਹ ਯਾਰ ਅੱਗੋਂ ਕਿਉਂ ਮਤਲਬ ਮੇਰਾ ਰਸਤਾ ਕਿਉਂ ਕੱਟਦਾ ਤੂੰ ਇਹ ਮੂੰਹ ਬਹਾਰ ਵਾਲਾ ਹੈ ਇਹ ਮੂੰਹ ਹਵਾਦਾਰ ਵਾਲਾ ਉਹਦੇ ਵਧੀਆ ਸ਼ਾਹ ਵਾਲਾ ਮੂੰਹ ਜੇ ਬਹਾਰ ਵਾਲਾ ਨਹੀਂ ਹੋਰ ਆਸੀ ਵਾਲਾ ਮੂੰਹ ਹੋਰ ਮੈਡਮ ਨੀਲੋ ਵਾਲਾ ਮੂੰਹ ਅੱਛਾ ਜੀ ਹਾਂਜੀ ਇਹ ਕੋਈ ਜੁਗਦਾ ਕਰਨਾ ਤੂੰ ਹਾਂਜੀ ਇਹ ਹੋਰ ਮਤਲਬ ਮਮਤਾਜ਼ ਮੈਡਮ ਸਾਹਿਬ ਵਾਲਾ ਮੂੰਹ ਆਹਾ ਕਮਾਲ ਵਾਲੀ ਗੱਲ ਆ ਯਾਰ ਕਿੰਨੀ ਤੇਰੀ ਜ਼ੁਬਾਨ ਚੱਲਦੀ ਉਹਨੇ ਤੇਰੇ ਪੈਰ ਵੀ ਚੱਲਦੇ ਸਾਡੇ ਕਿਤੇ ਨਸੀਬ ਉਹਨਾਂ ਵਰਗੇ ਹੋ ਜਾਣ ਤੇ ਹੋਰ ਕੀ ਚਾਹੀਦਾ ਹਾਏ ਹਾਏ ਲੇਕਿਨ ਪੈਰ ਮੇਰੇ ਚੱਲਣ ਦਿਓ ਓਏ ਇੱਧਰ ਆ ਟਿਕ ਕੀ ਚੱਲਣ ਦਿਓ ਯਾਰ ਉਹ ਲੈਣ ਕੀ ਆਇਆ ਇੱਥੇ ਤੂੰ ਪਹਿਲੇ ਦਾ ਮੈਂ ਵਕਤ ਦਾ ਸ਼ਾਨ ਆ ਕੀ ਹੈ ਤੂੰ ਮੈਨੂੰ ਨਹੀਂ ਜਾਣਦਾ ਤੂੰ ਵਕਤ ਦਾ ਸ਼ਾਨ ਨਹੀਂ ਤੇਰੇ ਕੋਲ ਜਿੰਨੀ ਸ਼ਾਨ ਆਉਣ ਰਹੀ ਹੈ ਨਾ ਵਾਕੇ ਬੜੀ ਸ਼ਾਨ ਹੈ ਮੇਰੀ ਗੱਲ ਸੁਣੋ ਲੋਕ ਮੇਰੇ ਨਾਲ ਪਿਆਰ ਕਰਦੇ ਆ ਮੈਂ ਰਿਸਰਚ ਕਰ ਰਿਹਾ ਦਰਖਤਾਂ ਦੀ ਓਏ ਸੈਸਦਾਨ ਇੱਧਰ ਆ ਜਾ ਓ ਯਾਰ ਤੂੰ ਮੈਨੂੰ ਖਾ ਓਏ ਇੱਧਰ ਆ ਨਾ ਖਾ ਯਾਰ ਇੱਧਰ ਆ ਜੇ ਤੂੰ ਮੈਂ ਕਹਿ ਰਿਹਾ ਪਹਿਲਾਂ ਪਿੱਛੇ ਛੱਡ ਦੇ ਯਾਰ ਤੂੰ ਆਪਣੇ ਦਫ਼ਤਰ ਕੋਈ ਕੰਮ ਨਹੀਂ ਤੂੰ ਮਹਿਕਮਾ ਤੇ ਰਾਤ ਲੋ ਆਇਆ ਤੇ ਜਾ ਤੂੰ ਆਪਣੇ ਅਡਵਾਨਰ ਇੱਧਰ ਆ ਹਾਂਜੀ ਭਾਜੀ ਓਏ ਇੱਧਰ ਆ ਕੇ ਹਾਂਜੀ ਭਾਜੀ ਹਾਂ ਲੈ ਉਧਰ ਕੀ ਲੈਣਾ ਮਿੰਟ ਬਾਅਦ ਉਧਰ ਮੇਰੀ ਖਾਲਾ ਦਾ ਘਰ ਆ ਨਾਲ ਪਰਦੇ ਵਿੱਚ ਬੈਠੇ ਪੀੜੀ ਦੇ ਉੱਤੇ ਦਾਣੇ ਚੁਣਨ ਦੇ ਕਿ ਤੇਰੀ ਖਾਲਾ ਅਫਰੀਕਾ ਦੇ ਜੰਗਲ ਕੀ ਉਹ ਮਲਕਾ ਹੈ ਇੱਥੇ ਹੈ ਓ ਵਿੱਚੋਂ ਹੀ ਦੇਖੋ ਰੋਸ਼ਨ ਦਾ ਨਜ਼ਰ ਆ ਰਿਹਾ ਉਹ ਮੇਰੀ ਖਾਲਾ ਦਾ ਘਰ ਛੱਡ ਦੇ ਤੂੰ ਓ ਉੱਤੇ ਵੇਖ ਦੱਸ ਤੈਨੂੰ ਆਖਰਤ ਨਜ਼ਰ ਆ ਰਹੀ ਉੱਤੇ ਜਾਣਾ ਕਿ ਨਹੀਂ ਜਾਣਾ ਤੂੰ ਯਾਰ ਤੁਸੀਂ ਕਿਸ ਤਰ੍ਹਾਂ ਦੀ ਗੱਲ ਕਰ ਰਹੇ ਹੋ ਯਾਰ ਦੇਖੋ ਮੇਰੀ ਗੱਲ ਸੁਣੋ ਮੈਂ ਤੁਹਾਡੇ ਨਾਲ ਇੱਥੇ ਫਿਰਦਾ ਪਿਆ ਨਾ ਤੁਸੀਂ ਇਹ ਸ਼ੁਕਰ ਕਰੋ ਕਿ ਮੈਂ ਇੱਥੇ ਖਲੋਤਾ ਹਾਂ ਲੋਕ ਮੈਨੂੰ ਇੰਗਲੈਂਡ ਤੋਂ ਬੁਲਾਉਂਦੇ ਨੇ ਅਮਰੀਕਾ ਤੋਂ ਕੈਨੇਡਾ ਤੋਂ ਆਸਟ੍ਰੇਲੀਆ ਕਿੱਥੋਂ ਆਸਟ੍ਰੇਲੀਆ ਮਾਹੌਲ ਖਰਾਬ ਕਰਨਾ ਚਾਹੁੰਦੇ ਉੱਥੇ ਦਾ ਮੈਂ ਛੁਰਲੀਆਂ ਪਟਾਕੇ ਚਲਾਉਣਾ ਆਲੂਦਗੀ ਆ ਉੱਥੇ
ਤੈਨੂੰ ਕਦ ਲਈ ਬੁਲਾ ਰਹੇ ਹੋ? ਓ ਯਾਰ ਜਾ ਭਾਈ, ਮੇਰਾ ਦਿਮਾਗ ਨਾ ਖਾ ਯਾਰ, ਜਾ ਕੰਮ। ਓਏ ਹੈਲੋ, ਓ ਮਨੂਸ ਓਏ, ਤੈਨੂੰ ਸਮਝ ਨਹੀਂ ਆ ਰਹੀ ਗੱਲ ਦੀ? ਮੈਨੂੰ ਸਮਝਾ ਯਾਰ। ਹੁਣੇ ਮੈਂ ਤੇ ਸਕੂਟਰੀ ਬੁਲਾਵਾਂਗਾ ਔਰ ਤੈਨੂੰ ਬਿਹਤਰੀਨ ਚਿੱਤਰ ਮਾਰਾਂਗਾ ਮੈਂ ਥੱਲੇ ਬਾ। ਇੱਥੇ ਕਿਹੜੀ ਸਕੂਟਰੀ? ਇੱਥੇ ਮੈਨੂੰ ਤਾਂ ਕੋਈ ਸਕੂਟਰੀ ਨਜ਼ਰ ਨਹੀਂ ਆ ਰਹੀ। ਹੈ ਕਿਉਂ ਸਕੂਟਰੀ ਕੋਈ ਨਹੀਂ? ਤੇਰਾ ਆਪਣਾ ਚੱਲੇ ਬਾਂਬਰ ਦਾ ਮੂੰਹ, ਤੂੰ ਇੱਥੇ ਮੈਂ ਤਾਂ ਕਿਹੜੀ ਸਕੂਟਰੀ ਦੇਖਣੀ ਹੈ? ਤੂੰ ਪਾਗਲ ਆ ਜਾਂ ਮੈਨੂੰ ਬਣਾ ਰਿਹਾ ਤੂੰ? ਯਾਰ ਮੇਰੀ ਗੱਲ ਸੁਣ ਲਓ, ਮੈਂ ਕੋਈ ਗਲਤ ਗੱਲ ਨਹੀਂ ਕੀਤੀ। ਅੱਛਾ ਹਾਂ, ਉਹ ਕੈਸਾ ਕੌੜੀ ਦਵਾਈ ਵਰਗਾ ਮੂੰਹ ਤੇਰਾ ਹੈ? ਬਹੁਤ ਤੇਰੇ ਕੋ ਸ਼ਰਮ ਹਿਆ ਹੈ ਤੇਰੇ ਕੋ? ਓ ਭਾਈ ਜਾਨ, ਮੈਂ ਦੇਖ ਰਿਹਾ, ਮੈਂ ਆਪਣੇ ਸਿਰ ਨੂੰ ਰਿਲੈਕਸ ਦੇ ਰਿਹਾ। ਮੈਂ ਬੜਾ ਖੁਸ਼ ਰਹਿਣ ਵਾਲਾ ਆਦਮੀ ਹੈ। ਕੀ ਜੀ? ਮੈਂ ਬੜਾ ਖੁਸ਼ ਰਹਿਣ ਵਾਲਾ ਆਦਮੀ। ਪਦੈਸ਼ੀ ਦੁਖੀ ਲੱਗਦਾ ਤੂੰ ਸ਼ਕਲੋਂ, ਜਮਾਂਦਰੂ ਨਹੀਂ ਹੁੰਦੇ ਜਿਹੜੇ? ਦੁਖੀ ਕੀ, ਮੇਰੇ ਪੈਰ ਨਾਲ ਪੈਂਪਰ ਵੱਜਿਆ ਹੈ। ਖੁਸ਼ ਰਹਿਣ ਵਾਲਾ ਬੰਦਾ ਕਿਹੜਾ? ਖੁਸ਼ਹਾਲੀ ਵਾਲਾ ਹੈ ਬੰਦਾ? ਲਓ ਜੀ, ਤੁਸੀਂ ਆਪ ਦੱਸੋ ਕਿ ਚਿਹਰਾ ਖੁਸ਼ਹਾਲ ਨਹੀਂ? ਹਾਏ, ਚਿਹਰੇ ਤੇ ਢੋਲ ਵੱਜਣ ਡਏ ਯਾਰ, ਟੈਂਟ ਲੱਗੇ। ਤੂੰ ਕਿਹੜੇ ਮੇਲੇ ਤੇ ਆਇਆ ਤੂੰ ਢੋਲ ਲਈ ਫਿਰਦਾ? ਮੈਨੂੰ ਦੱਸ, ਤੂੰ ਕਹਿਣਾ ਕੀ ਚਾਹਨਾ? ਤੂੰ ਇੱਥੇ ਲੈਣ ਕੀ ਆਇਆ? ਮੈਂ ਭਾਜੀ ਇੱਥੇ ਦਹੀਂ ਲੈਣ ਆਇਆ, ਸਾਡੇ ਘਰ ਜਿਹੜੇ ਮਹਿਮਾਨ ਆਏ, ਕੱਚੀ ਲੱਸੀ ਦੁੱਧ ਲੈਣ ਆਇਆ, 1.5-2 ਕਿਲੋ। ਮੈਂ ਅੰਬਾਂ ਦੀਆਂ 2 ਪੇਟੀਆਂ ਰੱਖੀਆਂ ਉੱਥੇ। ਤੁਹਾਡੇ ਘਰ ਤੇ ਜਿਹੜਾ ਮਹਿਮਾਨ ਆਉਣਾ ਲੱਸੀ ਵਾਲਾ ਹੀ ਆਉਣਾ, ਉਹ ਤੁਹਾਡੇ ਵਰਗੇ ਹੀ ਹੋਣਾ ਨੇ। ਇੱਥੇ ਕਿਹੜਾ ਕੋਈ ਆਪਣਾ ਪਾਈਨਐਪਲ ਜੂਸ ਵਾਲਾ ਆਉਣਾ ਤੁਹਾਡੇ ਘਰ? ਉਹ ਭਾਜੀ ਲੱਸੀ ਵਾਲਾ ਆਉਣਾ, ਕੋਈ ਅੱਸੀ ਵਾਲਾ ਤਾਂ ਨਹੀਂ ਨਾ ਆਉਂਦਾ? ਫਿਰ ਉਹੀ ਗੱਲ, ਕੋਈ ਮੰਜੀ ਕੱਸੀ ਵਾਲਾ ਤਾਂ ਨਹੀਂ ਨਾ ਆਉਂਦਾ? ਕਮਾਲ ਵਾਲੀ ਗੱਲ, ਮਹਿਮਾਨ ਹੀ ਆ। ਤੈਨੂੰ ਕਿਸੇ ਨੇ ਰੋਕਿਆ ਨਹੀਂ ਬਾਹਰ? ਨਹੀਂ, ਮੈਨੂੰ ਕਿਸੇ ਨੇ ਰੋਕਿਆ? ਅੱਛਾ, ਨਹੀਂ ਰੋਕਿਆ ਯਾਰ, ਜਾ ਯਾਰ, ਨਹੀਂ ਰੋਕਿਆ ਯਾਰ। ਓਏ ਬੰਦੇ ਦਾ ਪੁੱਤਰ ਬਣੀ ਗਿਆ, ਆਕੇ ਰੁਕਣਾ ਭਾਈ ਮੈਨੂੰ? ਮੈਂ ਤੇ ਕੋਈ ਗੱਲ ਨਹੀਂ ਕੀਤੀ ਭਾਜੀ, ਮੈਂ ਤਾਂ ਤੁਹਾਡਾ ਕੋਈ ਗੱਲ ਕੀਤੀ ਤੁਹਾਡਾ? ਐਡੀ ਚ ਕਿਉਂ ਨਾਰੋ ਪਾਰ ਖਲੋਤਾ ਮੈਂ? ਹੈ ਭਾਜੀ, ਮੈਨੂੰ ਕੰਡੇ ਲੱਗਣ ਡੇ, ਮੈਨੂੰ ਜਾਣ ਦਿਓ ਘਰ, ਮੈਂ ਜਾਣਾ, ਮੇਰੀ ਅੰਮੀ ਡਿੱਗਣ ਡਈ ਹੈ। ਤੇਰੀ ਜ਼ਿੰਦਗੀ ਚ ਕੰਡੇ ਆ? ਤੇਰੀ ਅੰਮੀ ਵੀ ਹੈਗੀ ਹਲੇ? ਹਾਂ, ਮੇਰੀ ਅੰਮੀ ਆ, 144 ਸਾਲ ਦੀ ਤੇਰੀ ਉਮਰ ਆ, ਹਲੇ ਅੰਮੀ ਮਿਲੀ ਫਿਰਦਾ ਤੂੰ? ਹੈ ਅੰਮੀ ਤੇ ਅੰਮੀ ਹੁੰਦੀ ਹੈ ਨਾ, ਉਹ ਕੋ ਕਾਫਤੋਂ ਨਹੀਂ ਤੇ ਮੈਂ ਕੀ ਕਰਾਂ? ਉਹ ਕੋ ਕਾਫਤੋਂ ਤੇ ਨਹੀਂ ਆਇਆ? ਉਹ ਕੋ ਕਾਫਤੇ ਯਾਰ, ਮੇਰੀ ਉੱਥੇ ਮਤਲਬ ਵਰਕਸ਼ਾਪ ਆ, ਮੈਨੂੰ ਦੱਸੋ ਮੈਂ ਕੋ ਕਾਫਤੇ ਲੱਗਦਾ? ਫਿਰ ਤੋਂ ਲੈਣ ਕੀ ਆਇਆ ਮੈਨੂੰ ਯਾਰ? ਜਾਣ ਦੇ ਯਾਰ, ਪਰ ਹੁਣ ਜੇ ਮੇਰਾ ਰਸਤਾ ਨਾ ਕੱਟ ਯਾਰ, ਮੇਰਾ ਰਸਤਾ ਨਾ ਕੱਟ ਯਾਰ। ਹਾਂ, ਰਸਤਾ ਨਾ ਕੱਟ ਮੇਰਾ। ਕੀ ਨਾ ਕੱਟਾ? ਰਸਤਾ ਨਾ ਕੱਟ ਮੇਰਾ। ਅੱਛਾ ਜੀ, ਹਾਂ ਚੱਲੇ ਕਿੱਥੇ ਹੋ ਖੈਰ ਨਾਲ? ਮੈਂ ਤਾਂ ਚੱਲਾਂ ਸਹੀ ਵਾਲ। ਅਰੇ ਹਟ, ਸਹੀ ਵਾਲ ਕੀ ਕੰਮ ਆ ਤੈਨੂੰ ਯਾਰ? ਤੂੰ ਲੜਾਈ ਕਰਨੀ ਆ? ਹੈ, ਤੂੰ ਲੜਨਾ ਚਾਹੁੰਦਾ? ਕੌਣ ਤੂੰ? ਲੜਾਈ ਕਰਨੀ ਆ? ਲੜਨਾਗਾ ਮੇਰੇ ਨਾਲ? ਮੈਂ ਲੜ ਲਾਂਗਾ। ਵੇ ਲੈ, ਉਹ ਮੈਂ ਤੇ ਬੜੀ ਬੜੀ ਲੜਾਈਆਂ ਲੜੀਆਂ, ਤੇ ਕੁਛ ਵੀ ਨਹੀਂ। ਕਿੱਥੇ ਜੀ? ਲਾ, ਮੇਰੀ ਪਿੰਡ ਲੜਾਈ ਹੋ ਪਈ ਚੰਗੇਜ਼ ਖਾਨ ਦੇ ਖਾਨਦਾਨ ਚ। ਹੈ, ਮੇਰੀ ਲੜਾਈ ਹੋਈ ਆ? ਵਾਕਿਆ ਸੁਣੋ, ਤੇਰੀ ਲੜਾਈ ਹੋਣੀ ਸੀ ਕਿਸੇ ਦੇ ਭਾਂਡੇ ਚ ਮੂੰਹ ਮਾਰੇਗਾ, ਲੜਾਈ ਹੋਏਗੀ। ਭਾਂਡੇ ਚ? ਤੁਸੀਂ ਬੰਦਾ ਭਾਂਡੇ ਅੰਦਰ ਕਰਕੇ ਰੱਖੇ, ਭਾਂਡੇ ਮੂੰਹ ਕਿਉਂ ਰੱਖੇ? ਪਿੰਡ ਤੇਰੀ ਲੜਾਈ ਹੋਈ? ਤੇਰੀ ਕਿਹੜੇ ਪਿੰਡ ਲੜਾਈ ਹੋਈ? ਮੇਰੀ ਪਿੰਡ ਲੜਾਈ ਹੋਈ ਆਪਣਾ ਸਾਹੀਵਾਲ ਦੇ ਨਾਲ ਪਿੰਡ ਆ, ਨਾਈ ਵਾਲਾ ਬੰਗਲਾ। ਅੱਛਾ, ਮੈਂ ਕਿਹਾ ਪਤਾ ਨਹੀਂ ਕਹਿਣ ਲੱਗਾ ਸਾਹੀਵਾਲ ਦੇ ਨਾਲ ਪਿੰਡ ਆ ਮਹੀਵਾਲ। ਉਹ ਭਾਈ ਯਾਰ, ਸਾਹੀਵਾਲ ਦਾ ਨਾਈ ਵਾਲਾ ਬੰਗਲਾ ਹੈ। ਨਾਈ ਵਾਲਾ? ਹਾਂਜੀ, ਉਹ ਮੇਰਾ ਪਿੰਡ ਆ। ਅੱਛਾ, ਬੰਗਲਾ ਹੈ ਉੱਥੇ ਪੂਰੇ ਪਿੰਡ 'ਚ? ਕੋਈ ਮੈਂ ਵੇਖਿਆ ਇੱਕ ਬੰਗਲਾ ਨਹੀਂ ਉੱਥੇ, ਤੇ ਕਾਹਦੇ ਲਈ ਬੰਗਲਾ? ਬੰਗਲਾ ਗੁਗੇਰਾ, ਨੂਰ ਸ਼ਾਹ, ਇਹ ਇਲਾਕੇ ਨੇ ਉੱਥੇ ਦੇ। ਅੱਛਾ ਅੱਛਾ ਅੱਛਾ, ਅਸੀਂ ਚੌਧਰੀਆਂ ਜ਼ਮੀਨਾਂ ਜਾਇਦਾਦਾਂ ਹਵੇਲੀਆਂ ਸਾਡੀਆਂ, ਧੜਕਣ ਵਾਲਾ ਦਿਲ ਤੁਹਾਡੇ ਕੋਲ ਕੀ ਆ? ਤੇਰੇ ਕੋਲ ਕੀ ਆ? ਯਾਰ ਮੇਰਾ ਰਾਹ ਨਾ ਕੱਟ ਯਾਰ, ਮੇਰੀ ਗੱਲ ਸੁਣ। ਓਏ ਤੇਰਾ ਰਾਹ ਕਿਹੜਾ ਮੈਂ ਕੱਟਣ ਡਿਆ ਤੇਰਾ? ਹੈ, ਕਿਹੜਾ ਰਾਹ ਤੇਰਾ? ਉਹ ਕਹਿੰਦੇ ਤੇਰੇ ਵਰਗਾ ਬੰਦਾ ਰਾਹ ਕੱਟਦੇ ਅਗਲੇ ਦਾ ਕੰਮ ਨਹੀਂ ਹੁੰਦਾ। ਅੱਛਾ ਜੀ, ਨਾਂ ਤੇਰਾ ਕੀ ਹੈ? ਮੇਰਾ ਨਾਂ ਜੀ ਜਗਾਵਰ। ਉਹ ਬੰਦਾ ਮਿਲਾ ਸਕਦਾ ਜਿਹਨੇ ਨਾਂ ਰੱਖਿਆ ਤੇਰਾ? ਪਹਿਲਾਂ ਉਹਨੂੰ ਮੈਂ ਚਿੱਤਰ ਫੇਰਾਂ, ਜਗਾਵਰ ਵਾਲਾ ਮੂੰਹ ਹੈ ਉਹ? ਯਾਰ ਜਗਾਵਰ ਨਾਮ ਜਿਹੜਾ ਮੇਰੀ ਮਾਂ ਨੇ ਰੱਖਿਆ। ਕਿਹਨੇ ਰੱਖਿਆ ਜੀ? ਮੇਰੀ ਵਾਲਦਾ ਨੇ, ਹਾਏ, ਮੇਰੇ ਤਾਏ ਨੇ, ਮੇਰੇ ਮਾਮਿਆਂ ਨੇ। ਇਹਦਾ ਮਤਲਬ ਸਾਰਾ ਖਾਨਦਾਨ ਹੀ ਜਹਾਲ। ਮੇਰੇ ਮਾਮਿਆਂ ਨੇ ਮੈਨੂੰ ਖਾ ਰਹੇ ਹੋ ਲਾਇਆ। ਕਾਹਦੇ ਹੋ ਖਾ ਰਹੇ ਹੋ? ਤੇਰੇ ਮਾਮੇ ਨੇ ਤੈਨੂੰ ਦਿਲੋਂ ਲਾਇਆ, ਖਾ ਰਹੇ ਹੋ ਲਾਇਆ ਤੈਨੂੰ? ਹਾਂ, ਟਰੱਕ ਲੱਡੂਆਂ ਦਾ ਮੁੰਡਿਆ, ਟਰੱਕ ਲੱਡੂਆਂ ਦਾ ਆ ਕੇ ਮਾਣੇ ਜਾਣੇ ਬੱਚਾ ਹੀ ਹੈ। ਯਾਰ ਤੂੰ ਕਿਤੇ ਖੁਸ਼ ਹੋਣਾ ਕਿ ਨਹੀਂ ਭਾਈ? ਤੂੰ ਹੈ ਕੌਣ ਆ? ਕਿਹੜਾ ਮਹਿਕਮਾ ਜਿਹਨੇ ਤੈਨੂੰ ਰੱਖਿਆ? ਆਵਾਜ਼ ਕਾਹਦੀ ਹੈ ਜੀ? ਇਹ ਦਰਖਤ ਕੱਟ ਰਹੇ ਨੇ। ਅੱਛਾ, ਸਾਡੇ ਮਹਿਕਮੇ ਵਾਲੇ? ਮੇਰੇ ਵਾਸਤੇ? ਹੈ, ਮੇਰੇ ਵਾਸਤੇ? ਅੱਲਾ ਵਾਸਤੇ, ਤੇਰੇ ਵਾਸਤੇ? ਹੈ, ਉਹ ਵੀ ਮੈਨੂੰ ਦੇਣਾ ਨਾ। ਓਏ ਤੂੰ ਸਹੀ ਦੱਸੀ, ਚੋਰੀ ਕਰਨਾ ਯਾਰ? ਚੋਰੀ ਮੈਂ ਕਾਹਦੀ ਕਰਨੀ ਹੈ? ਦਰਖਤ ਚੋਂ ਮੈਂ ਟਾਹਣੀ ਲੈ ਜਾਣੀ, ਆਹ ਮੈਂ ਕੰਨ 'ਚ ਫੇਰਨ ਵਾਸਤੇ ਲੈ ਕੇ ਜਾਣੀ ਹੈ, ਇਹ ਮੈਂ ਸਿਲਾਈ ਕਢਾਈ ਵਾਸਤੇ ਲੈ ਕੇ ਜਾਣੀ ਹੈ, ਇਹਦੀ ਮੈਂ ਮੰਜੀ ਬਣਾਉਣੀ ਹੈ, ਇਹਦੀ ਬਣਦੀ ਹੈ ਜਾਂ ਟੇਬਲ ਬਣਾਉਣਾ, ਕੁਰਸੀਆਂ ਬਣਾਉਣੀਆਂ? ਮੈਂ ਤੇਰੇ ਨਾਲ ਇੱਕ ਗੱਲ ਕਰਨਾ, ਤੂੰ ਕੋਈ ਨਾ ਕੌਮ ਨਾਲ ਖਿਤਾਬ ਸ਼ੁਰੂ ਕਰ ਦੇਣਾ ਮੇਰੇ ਨਾਲ, ਜਿਹੜੀ ਗੱਲ ਪੁੱਛਣਾ। ਮੇਰੀ ਗੱਲ ਸੁਣੋ ਭਾਈ, ਤੂੰ ਅਗਰ ਮੈਂ ਆਪਣੇ ਮਾਂ ਨਾਲ ਮਾਮੇ ਨੂੰ ਬੁਲਾ ਲਿਆ ਨਾ, ਉਹਨੇ ਤੈਨੂੰ ਚੁੱਕ ਕੇ ਲੈ ਜਾਣਾ, ਮੈਂ ਤੈਨੂੰ ਦੱਸ ਦਵਾਂ। ਤੁਹਾਡੇ ਮਾਮੇ ਤੈਨੂੰ ਬੁਲਾਉਂਦੇ ਨਹੀਂ ਹੋਣੇ? ਜੇ ਤੁਹਾਡੀ ਭੈਣ ਨੇ ਚਵਲ ਮਾਰੀ ਉਹਨਾਂ ਦੀ ਮਾਮੇ ਤੇਰੇ? ਇਹ ਸਾਡੀ ਰਿਸ਼ਤੇਦਾਰੀ ਦੀ ਗੱਲ ਆ, ਤੂੰ ਵਿੱਚ ਕੌਣ ਗੱਲ ਕਰਨ ਵਾਲਾ? ਤੂੰ ਵਿੱਚ ਕੌਣ ਆ ਮਾਮੇ ਲਿਆਉਣ ਵਾਲਾ? ਉਹ ਲੜਨਾ ਵਾ ਕੀ? ਮੈਂ ਤੇਰੇ ਇਧਰੋਂ ਮਾਰਨੀ ਆ, ਮੈਂ ਤੈਨੂੰ ਦੱਸ ਦਵਾਂ। ਤੇਰੇ ਆ 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
मैं नहीं देखे ये की जालमा पटा रात